ਸਤਿਗੁਰੂ ਸ਼ਹਿਰ ਵਿੱਚ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣਨ ਦੀ ਖੁਸ਼ੀ ਦੇ ਵਿੱਚ ਸਮੂਹ ਦਲਿਤ ਭਾਈਚਾਰੇ ਦੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਐਸੀ ਵਿੰਗ ਦੇ ਚੇਅਰਮੈਨ ਅਮਰਿਤ ਸਿੰਘ ਮੀਰਪੁਰ ਅਤੇ ਸਤਪਾਲ ਸਿੰਘ ਵਰਮਾ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਦੇ ਨਾਲ ਦਲਿਤ ਭਾਈਚਾਰੇ ਨੂੰ ਹੋਰ ਬਲ ਮਿਲੇਗਾ। ਇਸ ਮੌਕੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਲ ਚੌਧਰੀ, ਟੇਕ ਚੰਦ ਸ਼ਰਮਾ, ਟਰੱਕ ਯੂਨੀਅਨ ਸਰੂਰਗੜ੍ਹ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਮੀਰਪੁਰ ਆਦਿ ਮੌਜੂਦ ਸਨ। ਵੱਡੀ ਤਾਦਾਦ ਦੇ ਵਿੱਚ ਸਾਰਾ ਹੀ ਐਸੀ ਭਾਈਚਾਰਾ ਜਿੱਥੇ ਇਕੱਠਾ ਹੋਇਆ ਅਤੇ ਬੜੀ ਖੁਸ਼ੀ ਦੀ ਗੱਲ ਹੈ, ਬੜੇ ਮਾਣ ਦੀ ਗੱਲ ਹੈ ਕਿ 66 ਸਾਲਾਂ ਤੋਂ ਜਿਹੜਾ ਸਾਨੂੰ ਕਾਂਗਰਸ ਪਾਰਟੀ ਨੇ ਮਾਣ ਬਖਸ਼ਿਆ, ਅੱਜ ਸਾਡੇ ਚਰਨਜੀਤ ਸਿੰਘ ਜੀ ਚੰਨੀ ਚਮਕੌਰ ਸਾਹਿਬ ਤੋਂ ਜਿਹੜੇ 3 ਵਾਰ ਵਿਧਾਇਕ ਬਣੇ ਨੇ, ਜਿਨ੍ਹਾਂ ਨੂੰ ਬਹੁਤ ਵੱਡਾ ਮਾਣ ਬਖਸ਼ ਕੇ ਅੱਜ ਪੰਜਾਬ ਦਾ ਮੁੱਖ ਮੰਤਰੀ ਲਾਣਿਆ। ਸੋ ਮੇਰੇ ਭਰਾ ਆਏ ਆ, ਪੱਲੇਦਾਰ ਯੂਨੀਅਨ ਆਈ ਹੈ, ਪੰਜਾਬ ਯੂਨੀਅਨ ਦੇ ਪੱਲੇਦਾਰ ਸਾਰੇ ਆਏ ਆ, ਐਸੀ ਭਾਈਚਾਰਾ ਸਾਡਾ ਸਾਰਾ ਆਇਆ ਹੈ, ਮੰਡੀ ਦੇ ਪੱਲੇਦਾਰ ਸਾਰੇ ਭਰਾ ਇੱਥੇ ਆਏ ਆ, ਸਰਦਾਰ ਸਤਪਾਲ ਵਰਮਾ ਜੀ, ਰੈਂਪੀ ਬਰਾੜ ਜੀ, ਸਾਰੇ ਇੱਥੇ ਆਏ ਤੁਸੀਂ। ਸੋ ਮੈਂ ਇੱਕ ਗੱਲ ਦਾ ਮੈਸੇਜ ਦੇਣਾ ਚਾਹੁੰਦਾ, ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਡੋਲਿਓ ਨਾ, ਹੁਣ ਆਪਣਾ ਆਪਦਾ ਮੁੱਖ ਮੰਤਰੀ ਹੈ, ਐਸੀ ਭਾਈਚਾਰੇ ਦੇ ਵਿੱਚੋਂ ਹੈ, ਦਲਿਤ ਸਮਾਜ ਦੇ ਵਿੱਚੋਂ ਹੈ, ਅਤੇ ਸਾਨੂੰ ਮਾਣ ਹੈ ਸਾਡੇ ਮੁੱਖ ਮੰਤਰੀ 'ਤੇ ਕਿ ਉਹ ਸਾਡੀਆਂ ਜਿਹੜੀਆਂ ਪੱਲੇਦਾਰਾਂ ਦੀਆਂ ਸਮੱਸਿਆਵਾਂ ਨੇ ਉਹਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ, ਅਤੇ ਸਾਡੀ ਜਿਹੜੀ ਲੇਬਰ ਯੂਨੀਅਨ ਦੀ ਕੋਈ ਵੀ ਸਮੱਸਿਆ ਐਸੀ ਭਾਈਚਾਰੇ ਦੀ ਸਮੱਸਿਆ ਨੂੰ ਹੱਲ ਕਰਨਗੇ। ਸੋ ਮੈਂ ਵਧਾਈ ਦਿੰਦਾ ਹਾਈਕਮਾਂਡ ਦਾ, ਧੰਨਵਾਦ ਕਰਦੇ ਹਾਂ ਸੋਨੀਆ ਗਾਂਧੀ ਜੀ ਦਾ, ਰਾਹੁਲ ਗਾਂਧੀ ਜੀ ਦਾ, ਪ੍ਰਿਅੰਕਾ ਗਾਂਧੀ ਜੀ ਦਾ, ਅਤੇ ਖਾਸ ਕਰਕੇ ਸਾਡੇ ਵਿਕਰਮ ਮੋਫਰ ਜੀ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਖਰਦੂਲਗੜ੍ਹ, ਜੋ ਕਿ ਚੰਡੀਗੜ੍ਹ ਨੇ, ਉਹ ਇੱਥੇ ਆ ਨਹੀਂ ਸਕੇ, ਸਰਦਾਰ ਜੀਤਿੰਦਰ ਸਿੰਘ ਜੀ ਮੋਫਰ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਨੂੰ ਵੀ ਵਧਾਈ, ਅਤੇ ਸਾਡੇ ਪੂਰੇ ਸਮੁੱਚੇ ਐਸੀ ਭਾਈਚਾਰੇ ਨੂੰ ਵਧਾਈ ਦਿੰਦੇ ਹਾਂ। ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ। ਹੁਣ ਮੈਂ ਬੇਨਤੀ ਕਰੂੰਗਾ ਸਾਡਾ ਛੋਟਾ ਭਰਾ ਮੰਡੀ ਦੇ